लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। जिन्नी बेअदबी कांग्रेस ने कीती है, हरमंदर साहब ते फौजी हमला हुआ, मैं कदे ना खरीदिया है ना खरीदनी है। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਮਾਂਕਨ ਪੱਤਰ ਦਾਖਲ ਕਰਵਾਏ ਗਏ। ਦੱਸ ਦੇ ਕਿ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਕੈਂਡੀਡੇਟ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਕਾਗਜ਼ ਦਾਖਲ ਕਰਵਾਉਣ ਲਈ ਬਠਿੰਡਾ ਪਹੁੰਚੇ ਸਨ। ਉੱਥੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਮਨਪ੍ਰੀਤ ਬਾਦਲ ਵੱਲੋਂ ਉਹਨਾਂ ਨੂੰ ਵੋਟਾਂ ਖਰੀਦਣ ਤੇ ਭੀਸ਼ਮ ਪਿਤਾਮਾ ਕਿਹਾ ਗਿਆ ਤਾਂ ਇਸ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਕੁਝ ਇਸ ਤਰੀਕੇ ਨਾਲ ਜਵਾਬ ਦਿੱਤਾ। ਮੈਂ ਕਦੇ ਨਾ ਖਰੀਦੀਆਂ ਹੈ ਨਾ ਖਰੀਦਣੀ ਹੈ, ਉਹ ਵੀ ਮੇਰਾ ਬੱਚਾ ਹੈ, ਬੱਚਿਆਂ ਦਾ ਗੁੱਸਾ ਨਹੀਂ। ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਪੀਐਮ ਮੋਦੀ ਦੀ ਤਾਰੀਫਾਂ ਦੇ ਪੁੱਲ ਬੰਨੇ, ਉੱਥੇ ਹੀ ਵਿਰੋਧੀਆਂ ਦੇ ਨਿਸ਼ਾਨੇ ਵੀ ਸਾਧੇ ਕਿ ਉਹਨਾਂ ਨੇ 5 ਸਾਲਾਂ 'ਚ ਉਹ ਕੰਮ ਕੀਤੇ ਹੈ ਜਿਹੜੇ ਕਾਂਗਰਸ ਦੇ ਰਾਜ 'ਚ 50 ਸਾਲ ਵੀ ਨਹੀਂ ਹੋ ਸਕੇ। ਔਰ ਸਭ ਤੋਂ ਪਹਿਲਾਂ ਜਿਹੜੀ ਫੋਰਨ ਅਫੇਅਰਸ ਪਾਲਿਸੀ ਹੈ ਉਹ ਬੜੀ ਕਾਮਯਾਬ ਰਹੀ ਹੈ। ਅੱਜ ਹਿੰਦੁਸਤਾਨ ਦੇਸ਼ ਪਾਕਿਸਤਾਨ ਨੂੰ ਛੱਡ ਕੇ ਸਭ ਮਿੱਤਰ ਮੁਲਕ ਹਨ, ਜਿਹੜੇ ਆਪ ਕੋਸ਼ਿਸ਼ ਕਰਦੇ ਹੈ ਕਿ ਅਸੀਂ ਹਿੰਦੁਸਤਾਨ ਦੇ ਮਿੱਤਰ ਬਣ ਜਾਈਏ ਜੀ। ਇਹ ਜਿਹੜੀ ਮਿੱਤਰਤਾ ਦੀ ਭਾਵਨਾ ਹੈ ਇਹ ਵੀ ਮੋਦੀ ਸਾਹਿਬ ਨੇ ਬਾਹਰ ਜਾ ਕੇ ਇਹ ਵੀ ਮੁਲਕਾਂ ਨੂੰ ਮਿੱਤਰ ਬਣਾਇਆ। ਔਰ ਆਪਣੇ ਹਿੰਦੁਸਤਾਨੀ ਜਿਹੜੇ ਉਸ ਮੁਲਕਾਂ 'ਚ ਰਹਿੰਦੇ ਸਨ ਜੀ, ਉਹਨਾਂ ਦਾ ਵੀ ਬਹੁਤ ਸਤਿਕਾਰ ਵਧਿਆ। ਫਿਰ ਦੂਸਰਾ ਜਿਹੜਾ ਇਹਨਾਂ ਨੇ ਇਹ ਹੁੰਦਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਜਿਹੜਾ ਹੈ ਉਹਦੇ ਰਾਜ ਦੇਸ਼ ਮਹਿਫੂਜ਼ ਰਹੇ, ਸਭ ਤੋਂ ਵੱਡੀ ਨਾਲ ਫੋਰਨ ਅਫੇਅਰਸ ਫਿਰ ਮਹਿਫੂਜ਼। ਅਤੇ ਇਹਨਾਂ ਨੇ ਜਿਹੜਾ ਪਾਕਿਸਤਾਨ 'ਤੇ 2 ਦਫਾ ਸਟ੍ਰਾਈਕਸ ਕੀਤੀਆਂ ਹੈ ਔਰ ਉਹਦੇ 'ਚ ਵੱਡਾ ਸਟ੍ਰਾਈਕ ਇੰਨੀਆਂ ਵਧੀਆ ਹੋਈਆਂ ਹਨ ਕਿ ਨਾ ਤਾਂ ਕੋਈ ਆਪਣਾ ਫੌਜੀ ਮਰਿਆ ਜੀ ਅਤੇ ਨਾ ਪਾਕਿਸਤਾਨ ਦਾ ਕੋਈ ਸਿਵਿਲੀਅਨ ਮਰਿਆ ਜੀ। ਜਿਸ ਮੰਤਵ ਨਾਲ ਸਟ੍ਰਾਈਕਸ ਕੀਤੀਆਂ ਸਨ ਉੱਥੇ ਅੱਤਵਾਦੀਆਂ ਦੇ ਅੱਡੇ 'ਤੇ ਅੱਤਵਾਦੀਆਂ ਨੂੰ ਤਬਾਹ ਕਰਨ ਵਾਸਤੇ, ਉਸ ਚੀਜ਼ 'ਚ ਉਹ ਕਾਮਯਾਬ ਹੋਏ ਹੈ ਜਿਹੜੇ ਕਿ ਹਿਸਟਰੀ 'ਚ ਇਹ ਮੇਰਾ ਖਿਆਲ ਹੈ ਕਿ ਇਹਦੇ ਪੈਰਲਲ ਹੋਰ ਕੋਈ ਹੋ ਨਹੀਂ ਸਕਦਾ। ਇਸੇ ਤਰ੍ਹਾਂ ਜਿਹੜੀਆਂ ਹਰ ਕੰਮ 'ਚ ਹੀ ਕਿਸਾਨਾਂ ਦੀ ਇਨਕਮ ਡੂਡੀ ਕੀਤੀ ਹੈ ਔਰ ਉਹਦੇ 'ਚ ਹੁਣ ਇੱਕ ਪੈਨਸ਼ਨ ਪਹਿਲੀ ਦਫਾ ਹਿੰਦੁਸਤਾਨ 'ਚ ਹੋਇਆ ਕਿ ਸਮਾਲ ਅਤੇ ਮੀਡੀਅਮ ਫਾਰਮਰ ਨੂੰ 6,000 ਰੁਪਈਆ ਦਿੱਤਾ ਗਿਆ। ਸਫੀਸ਼ੈਂਟ 6,000 ਨਹੀਂ, ਇਹ ਸਟਾਰਟ ਹੁੰਦਾ ਹੈ। ਦੇਖੋ ਆਪਾਂ ਪੈਨਸ਼ਨ ਹੁੰਦੀ ਸੀ ਜੀ, ਪਹਿਲਾਂ ਥੋੜ੍ਹੀ ਹੁੰਦੀ ਸੀ ਹੌਲੀ ਹੌਲੀ ਵੱਧ ਗਈ। ਇੱਕ ਸਕੀਮ ਸਟਾਰਟ ਕਰਨੀ ਹੁੰਦੀ ਹੈ, ਉਹ ਸਕੀਮ ਸਟਾਰਟ ਹੋ ਗਈ, ਹੁਣ ਅਗਲੇ ਸਾਲ ਇੱਦੂ ਵੱਧ ਅਗਲੇ ਸਾਲ ਇੱਦੂ ਵੱਧ ਮਤਲਬ ਹੁੰਦੀ ਜਾਏਗੀ। ਔਰ ਉਹਨਾਂ ਦੇ ਭਾਅ ਵੀ ਅੱਗੇ ਨੂੰ ਜ਼ਿਆਦਾ ਵਧੇ ਨੇ ਔਰ ਅਗਾਂਹ ਉਹਨਾਂ ਨੇ ਇਹ ਵੀ ਕਿਹਾ ਵੀ ਦੁੱਗਣੀ ਹਿੰਦੁਸਤਾਨ ਦੇ ਲੋਕਾਂ ਨੂੰ। ਦੇਖੋ ਹੁਣ ਵੋਟਰ ਉਹ ਵੋਟਰ ਨਹੀਂ ਰਿਹਾ ਜੀ, ਹੁਣ ਸਾਰਿਆਂ ਨਾਲੋਂ ਸਿਆਣਾ ਵੋਟਰ ਹੋ ਗਿਆ, ਉਹਨੂੰ ਪਤਾ ਹੈ ਜੋ ਕੁਛ ਮੋਦੀ ਸਾਹਿਬ ਨੇ ਕੀਤਾ। ਫਿਰ ਉਹ ਦੂਜੀਆਂ ਸਕੀਮਾਂ ਜਿੰਨੀਆਂ ਸਵੱਛ ਭਾਰਤ ਸਕਿੱਲ ਟ੍ਰੇਨਿੰਗ ਮੁੰਡਿਆਂ ਨੂੰ ਟ੍ਰੇਨਿੰਗ ਦੇਣ ਵਾਸਤੇ, ਹੋਰ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਗਰੀਬਾਂ ਦੇ ਅਕਾਊਂਟ ਖੋਲ੍ਹਣੇ, ਮਤਲਬ ਲਾ ਇੰਤਹਾ ਕੰਮ ਕੀਤਾ। ਕਾਂਗਰਸ ਤੇ ਸੀਐਮ ਸਾਹਿਬ ਬੇਅਦਬੀ ਨੂੰ ਇੱਕ ਬਹੁਤ ਵੱਡਾ ਮੁੱਦਾ ਇਲੈਕਸ਼ਨ ਦੇ ਵਿੱਚ ਬਣਾ ਰਹੇ ਨੇ, ਤੁਹਾਨੂੰ ਕੀ ਲੱਗਦਾ ਅਕਾਲੀ ਦਲ ਨੂੰ ਇਸ ਦਾ? ਦੇਖੋ ਮੇਰੀ ਗੱਲ ਸੁਣੋ, ਤੁਸੀਂ ਵੀ ਮੈਰਿਟ 'ਤੇ ਗੱਲ ਕਰੋ ਜੀ। ਜਿੰਨੀ ਬੇਅਦਬੀ ਕਾਂਗਰਸ ਨੇ ਕੀਤੀ ਹੈ, ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਹੋਇਆ, ਇਹ ਝੂਠ ਹੈ ਕਿ ਸੱਚ ਹੈ? ਤੁਸੀਂ ਨਹੀਂ ਬੋਲਦੇ, ਮਤਲਬ ਜੇ ਕਿਸੇ ਨੂੰ ਝੂਠ ਸਰ ਹੈ। ਔਰ ਅਕਾਲ ਤਖ਼ਤ ਫੌਜੀ ਹਮਲਾ ਵਿਦ ਦੀ ਆਰਡਰ ਆਫ ਪ੍ਰਾਈਮ ਮਿਨਿਸਟਰ ਆਫ ਇੰਡੀਆ, ਇਦੋਂ ਹੋਰ ਕੀ ਹੋ ਸਕਦਾ? ਆਪਣੇ ਲੋਕ ਭੁੱਲ ਜਾਂਦੇ ਆ, ਪ੍ਰੈਸ ਵੀ ਭੁੱਲ ਜਾਂਦੀ ਹੈ। ਅਤੇ ਅਕਾਲ ਤਖ਼ਤ ਸਾਹਿਬ, ਇੱਕ ਮਿੰਟ ਮੇਰੀ ਗੱਲ ਵੀ ਸੁਣ ਲਓ,
ਅਕਾਲ ਤਖਤ ਸਾਹਿਬ ਢੇਰ ਢੇਰੀ ਕੀਤਾ ਹੈ, ਹਰਿਮੰਦਰ ਸਾਹਿਬ ਉੱਥੇ ਮਹਾਰਾਜ ਸਾਹਿਬ ਦੀਆਂ ਬੀੜਾਂ ਸਨ, ਉੱਥੇ ਗੋਲੀਆਂ ਲੱਗੀਆਂ, ਹਜ਼ਾਰਾਂ ਗੁਰਦੁਆਰਿਆਂ 'ਚ ਇਸ ਤਰ੍ਹਾਂ ਦਾ ਹੋਇਆ 84 ਦੇ ਖਤਮ। ਇਹ ਕਾਂਗਰਸ ਵਾਲਿਆਂ ਨੇ ਕੀਤਾ ਤੇ ਸਾਨੂੰ ਤਾਂ ਉਹ ਜਿਹੜੀ ਇਹਨਾਂ ਨੇ ਸਿੱਟ ਜੀ ਬਣਾ ਦਿੱਤੀ ਸੀ ਉਹਦੇ 'ਚ ਵੀ ਉਹਨਾਂ ਨੂੰ ਕਹਿ ਤਾ ਵੀ ਇਹਨਾਂ ਦਾ ਕੋਈ ਨਹੀਂ। ਨਾਲ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕ ਜੁੱਟ ਹੈ ਤੇ ਸੀਟਾਂ ਦੀ ਵੰਡ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਂਗ ਕਿਸੇ ਵੀ ਉਮੀਦਵਾਰ ਦਾ ਅਕਾਲੀ ਦਲ ਵਿੱਚ ਵਿਰੋਧ ਨਹੀਂ ਕੀਤਾ ਗਿਆ। ਸਵਾਲ ਅੱਜ ਵੇਖੋ, ਅੱਜ ਮੋਦੀ ਸਾਹਿਬ ਨੂੰ ਲੋਕਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਵਾਸਤੇ ਵੋਟ ਪੈ ਰਹੀ ਹੈ। ਮੈਂ ਇਹ ਜ਼ਿਆਦਾ ਹੋ ਸਕਦਾ ਜੀ 13 ਦੀਆਂ 13 ਹੀ ਜਿੱਤੀਆਂ, ਸਾਰੇ ਆਦੇ ਇਹੋ ਜਿਹੀਆਂ ਗੱਲਾਂ ਜੀ, ਕਿਉਂਕਿ ਇਸ਼ੂ ਇੱਕ ਇਹੋ ਜਿਹਾ ਹੈ ਕਿ ਹਰ ਬੰਦਾ ਚਾਹੁੰਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਸੂਬੇ ਦਾ ਚੀਫ ਮਿਨਿਸਟਰ ਬਣਨਾ ਹੋਵੇ ਉਦੋਂ ਉਹ ਹੋਵੇ ਦੇ, ਜੇ ਪਿੰਡ ਦਾ ਸਰਪੰਚ ਬਣਨਾ ਹੋਵੇ ਉਹ ਹੋਵੇ ਦੇ। ਹੁਣ ਅੱਜ ਸਾਡੇ ਸਾਹਮਣੇ ਹੈ ਕਿ ਪ੍ਰਧਾਨ ਮੰਤਰੀ ਅਸੀਂ ਕਿ ਹਰ ਪਾਰਟੀ ਜਦੋਂ ਇਲੈਕਸ਼ਨ ਲੜਦੀ ਹੈ ਉਦੋਂ ਸਟਰੋਂਗੈਸਟ ਕੈਂਡੀਡੇਟ ਜਿਹੜੀ ਉਹ ਸੋਚਦੀ ਹੈ ਉਹ ਸਟਰੋਂਗੈਸਟ ਕੈਂਡੀਡੇਟ ਦੇਣਗੇ। ਅਸੀਂ ਜਿੱਥੇ ਵੀ ਦਿੱਤੇ ਹੈ ਨਾ ਤਾਂ ਸਾਡੇ ਕਿਸੇ ਕੈਂਡੀਡੇਟ ਦੇ ਖਿਲਾਫ ਰਿਐਕਸ਼ਨ ਹੋਇਆ ਪਾਰਟੀ 'ਚ, ਔਰ ਸਾਰੇ ਬੰਦੇ ਜਿਹੜੇ ਕੈਂਡੀਡੇਟ ਹੈ ਉਹ ਫਿੱਟ ਕੈਂਡੀਡੇਟ ਹੈ। ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂ ਕੋਈ ਕੀਤਾ, ਜਿਵੇਂ ਕਾਂਗਰਸ ਰੌਲਾ ਪਿਆ ਫਿਰਦਾ ਹੈ, ਆਮ ਆਦਮੀ ਤੋਂ ਵੀ ਖਿਲਰੀ ਫਿਰਦੀ ਹੈ, ਸਾਡਾ ਕੋਈ ਤੁਸੀਂ ਦੱਸੋ ਵੀ ਕਿਸੇ ਨੇ ਕੋਈ ਇਤਰਾਜ਼ ਕੀਤਾ ਵੀ ਇਹਨੂੰ ਕੋਈ ਟਵੀਟ ਦਿੱਤੀ। ਬਠਿੰਡਾ ਤੋਂ ਵਿਨੋਦ ਬਾਂਸਲ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।